ਲੈ ਵੀ ਚੌਧਰ ਦੇ ਭੁੱਖੇ ਕਿੱਥੇ ਲੱਭਣ ਨਹੀਂ ਜਾਣੇ, ਚੈਨਲ ਸਬਸਕ੍ਰਾਈਬ ਕਰਦੇ ਹੋ, ਅਸਾਂ ਪੁੱਲ 'ਤੇ ਖੜ ਗਏ ਆ ਗਏ ਜਿੱਥੇ ਕੱਲ੍ਹ 4 MLA ਇੱਕ ਦੂਜੇ ਦੇ ਮੋਢਿਆਂ ਦੇ ਹੱਥ ਰੱਖ ਕੇ ਇਹਦਾ ਉਦਘਾਟਨ ਕਰਕੇ ਗਏ ਨੇ। ਇਹਦਾ ਉਦਘਾਟਨ ਕਰਨ ਵੇਲੇ ਬੜੀ ਬੜੀ ਪੁਲਿਸ ਵੀ ਆਈ ਹੋਈ ਸੀ, ਇੱਥੇ ਬੜੇ ਬੜੇ ਲੋਕ ਵੀ ਆਏ ਹੋਏ ਸੀ ਅਤੇ ਬੜੇ ਬੜੇ ਜਿਹੜੇ ਉਹਨਾਂ ਦੇ ਜਾਂ ਕਹਿ ਸਕਦੇ ਹਾਂ ਜਿਹੜੇ ਸੇਵਾਦਾਰ ਹੁੰਦੇ ਨੇ MLA ਦੇ ਉਹ ਵੀ ਆਏ ਹੋਏ ਸਨ। ਇੱਥੇ ਜਦੋਂ ਅਸਾਂ ਕੱਲ੍ਹ ਅਸਾਂ ਵੀਡੀਓ 'ਚ ਦੇਖਿਆ ਸੋਸ਼ਲ ਮੀਡੀਆ 'ਤੇ ਵੀ ਇੱਥੇ MLA ਉਹ ਕਹਿੰਦੇ ਸਾਡੀ ਨਲਾਇਕੀ ਨੇ, ਨਲਾਇਕੀ ਪਹਿਲੀ ਸਰਕਾਰਾਂ ਦੀ ਹੈ ਜਿਨ੍ਹਾਂ ਨੇ ਪੁੱਲ ਨਹੀਂ ਤਿਆਰ ਕੀਤਾ, ਕਹਿੰਦਾ ਮੇਰੇ ਕੋਲ ਚਿੱਠੀ ਵੀ ਹੈਗੀ ਹੈ, ਉਹ ਵੀ ਵਿਖਾਉਂਦਾ ਸੀਗਾ ਉਹ। ਉਹ ਭਾਈ ਭਵੰਦਵਾਲ ਆਇਆ ਸੀ ਕੁਝ ਦਿਨ ਪਹਿਲੇ ਇੱਥੇ, ਕਹਿੰਦਾ ਬੁੱਢੇ ਦਰਿਆ ਦਾ ਜਿਹੜਾ ਪੁੱਲ ਬਣਿਆ ਨਾ ਉਹ ਕਹਿੰਦਾ ਕਿਸੇ ਰੇਹੜੀ ਵਾਲੇ ਨੂੰ ਕਿਸੇ ਸਬਜ਼ੀ ਵਾਲੇ ਨੂੰ ਲੈ ਕੇ ਉਦਘਾਟਨ ਕਰ ਦਿਓ, ਮੇਰਾ ਇੰਤਜ਼ਾਰ ਨਾ ਕਰੀਓ, ਕਹਿੰਦਾ ਪਤਾ ਨਹੀਂ ਮੈਂ ਆਉਣਾ ਹੁਣ ਕਿ ਨਹੀਂ ਆਉਣਾ। ਉਹ ਤਾਂ ਕਹਿੰਦਾ ਕਿ ਰੇਹੜੀ ਵਾਲੇ ਤੋਂ ਤਾਂ ਉਦਘਾਟਨ ਕਰਾ ਦਈ ਉਹ, ਪਰ ਇਹ ਭਾਈ ਮੋਢੇ ਦੇ ਹੱਥ ਰੱਖ ਰੱਖ ਕੇ ਚਾਰ ਚਾਰ ਬੰਦੇ ਉਦਘਾਟਨ ਕਰਕੇ ਗਏ ਨੇ ਇੱਥੇ। ਉਹ ਬੋਲ ਭਾਈ ਚਾਲੂ ਹੋ ਗਿਆ, ਇਹ ਸਮਾਰਟ ਸਿਟੀ ਦਾ ਪੈਸਾ ਮੋਦੀ ਨੇ ਦਿੱਤਾ ਸੀਗਾ, 2,500 ਕਰੋੜ ਰੁਪਏ ਦਿੱਤਾ ਉਹਨੇ, ਵੀ ਲੁਧਿਆਣਾ ਸੋਹਣਾ ਬਣ ਜੂਗਾ। ਜਿਹੋ ਜਿਹਾ ਸੋਹਣਾ ਬਣ ਰਿਹਾ ਤੁਹਾਨੂੰ ਪਤਾ ਹੀ ਆ, ਜਿੰਨੇ ਕੁ ਟਾਈਮ ਦੇ ਵਿੱਚ ਇਹ ਸੋਹਣਾ ਬਣਾਉਂਦੇ ਨੇ ਉੱਨੀ ਭੀੜ ਹੋਰ ਹੋ ਜਾਂਦੀ ਆ। ਅਤੇ ਭਾਈ ਕਿਸੇ ਨੇ ਰੀਬਨ ਫੜਿਆ ਹੋਇਆ ਸੀਗਾ, ਕਿਸੇ ਨੇ ਕੈਂਚੀ ਫੜੀ ਹੋਈ ਸੀ MLA ਨੇ, ਕਿਸੇ ਨੇ ਥਾਲੀ ਫੜੀ ਹੋਈ ਸੀਗੀ, ਬੜਾ ਚਾਅ ਚੜਿਆ ਹੋਇਆ ਸੀ ਭਾਈ ਇਹਨਾਂ ਨੂੰ। ਆਹ ਪੁੱਲ ਆਹ ਪੁੱਲ ਵੀਡੀਓ ਪਈਆਂ ਹੋਣੀਆਂ ਅਜੇ ਵੀ। ਮੈਂ ਯਾਰ ਯਾਰ ਜਿਹੜੀ ਗੱਲ ਦੇਖੀ ਯਾਰ ਆਪਾਂ ਉਹੀ ਗੱਲ ਕਰਦੇ ਪਏ ਹਾਂ, ਭੁੱਖ ਕਾਹਦੀ ਹੁੰਦੀ ਆ, ਇਹੀ ਭੁੱਖ ਹੁੰਦੀ ਆ ਸਾਨੂੰ ਲੋਕ ਦੇਖਣ, ਸਾਡੇ ਲੋਕ ਅੱਗੇ ਪਿੱਛੇ ਘੁੰਮਣ, ਪੁਲਿਸ ਸਾਡੇ ਨਾਲ ਨਾਲ ਹੋਵੇ, ਅਸਾਂ ਉਹ ਬਣ ਗਏ ਉਹ ਬਣ ਗਏ ਉਹ ਬਣ ਗਏ। ਨਵਾਂ ਸਾਲ ਆ ਦੋਸਤੋ ਅੱਜ, ਠੀਕ ਆ ਨਾ, ਥੋੜ੍ਹਾ ਅਕਲ ਨੂੰ ਨਾ ਹੱਥ ਫੇਰ ਲਓ, ਵੋਟਾਂ ਪਾਉਣ ਤੋਂ ਪਹਿਲੇ ਸੋਚ ਲਿਆ ਕਰੋ ਵੀ ਤੁਹਾਡੇ ਬੱਚਿਆਂ ਦਾ ਭਵਿੱਖ ਕੀ ਹੋਣ ਵਾਲਾ ਵਾ, ਇਹਨਾਂ ਕਿਸੇ ਨੇ ਤੁਹਾਡੇ ਕੰਮ ਨਹੀਂ ਆਉਣਾ ਹੈਗਾ, ਫਿਰ ਤੁਸੀਂ ਵੋਟਾਂ ਪਾਉਣ ਜਾਓ। 60% ਲੋਕ ਵੋਟਾਂ ਪਾਉਂਦੇ ਨੇ, 40 ਨਹੀਂ ਪਾਉਂਦੇ, ਤੂੰ 40 ਦੇ ਵਿੱਚੋਂ ਹੀ ਹੋ। 60% ਜਿਹੜੇ ਆਮ ਲੋਕ ਨੇ ਜਿਹਨੂੰ ਦਿਮਾਗ ਹੀ ਨਹੀਂ ਹੈਗਾ ਉਹ ਇਹਨਾਂ ਨੂੰ ਜਿਤਾ ਦਿੰਦੇ, ਜਿੱਦਾਂ ਤੁਸੀਂ ਘਰੋਂ ਵੋਟਾਂ ਪਾਉਣ ਲਈ ਨਿਕਲ ਗਏ ਨਾ ਉਹ ਇਹਦਾ ਨੇੜੇ ਤੇੜੇ ਨਹੀਂ ਦੱਸਣੇ। ਚੱਲੀਏ ਬੰਟੀ, ਚੱਲ ਚੱਲੀਏ ਕਿਤੇ ਹੋਰ ਜਾਂਦੇ ਹਾਂ, ਇਹਦੀ ਰਾਹ 'ਚ ਕੋਈ ਹੋਰ ਖਬਰ ਹੋਰ ਮਿਲ ਜੂਗੀ ਆਪਾਂ ਨੂੰ। ਹੈ